ਹਰਿਆਵਲ ਪੰਜਾਬ ਵੱਲੋਂ ਇਸ ਸਾਲ ਇਸ ਤੋਂ ਪਹਿਲਾਂ ਵੀ ਪਿਛਲੇ ਲਗਭਗ 10 ਸਾਲਾਂ ਤੋਂ ਸਰਦੇਸ਼ੀ ਜਾਗਰਣ ਮੰਚ ਦੇ ਵੱਲੋਂ ਆਪਾਂ ਚਾਈਨਾ ਡੋਰ ਦੇ ਖਿਲਾਫ ਰੈਲੀ ਕੱਢਦੇ ਰਹੇ ਹਾਂ ਔਰ ਪੁਲਿਸ ਔਰ ਪ੍ਰਸ਼ਾਸਨ ਨੂੰ ਸਿਵਲ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਰਹੇ ਹਾਂ ਕਿ ਇਸ ਡੋਰ ਦੇ ਖਿਲਾਫ ਜਿਹੜੀ ਬਣਦੀ ਕਾਰਵਾਈ ਸਮੇਂ ਸਿਰ ਕਰ ਲਈ ਜਾਵੇ ਤੇ ਜਿਹੜੇ ਸਾਡੇ ਛੋਟੇ ਛੋਟੇ ਬੱਚੇ ਨੇ ਨੌਜਵਾਨ ਨੇ ਜਿਹੜੇ ਦੀ ਲਪੇਟ ਵਿੱਚ ਆਉਂਦੇ ਨੇ ਉਹਨਾਂ ਦੀਆਂ ਜਾਨਾਂ ਬਚ ਸਕਣਗੀਆਂ। ਇੰਨਾ ਹੀ ਨਹੀਂ ਜਿਹੜੇ ਪਸ਼ੂ ਪਕਸ਼ੀ ਜਾਨਵਰ ਇਸ ਖਤਰਨਾਕ ਡੋਰ ਦੀ ਲਪੇਟ ਵਿੱਚ ਆ ਜਾਂਦੇ ਨੇ ਉਹ ਵੀ ਬਚ ਸਕਣਗੇ। ਤੇ ਸਭ ਤੋਂ ਮਾੜੀ ਗੱਲ ਹੈ ਇਸ ਡੋਰ ਦੀ ਆਮਦ ਤੋਂ ਬਾਅਦ ਸਾਡੇ ਦੇਸ਼ ਦੇ ਅੰਦਰ ਧਾਗਾ ਡੋਰ ਦਾ ਕੰਮ ਕਰਨ ਵਾਲੇ ਜਿਹੜੇ ਕਾਰੀਗਰ ਜਿਹੜੀ ਰੋਜ਼ੀ ਰੋਟੀ ਕਮਾਉਂਦੇ ਸਨ ਉਹਨਾਂ ਦਾ ਕਾਰੋਬਾਰ ਬਿਲਕੁਲ ਹੀ ਖਤਮ ਹੋ ਗਿਆ, ਉਹ ਲੋਕ ਬੇਰੁਜ਼ਗਾਰ ਹੋ ਗਏ। ਪਰ ਵੇਖਣ 'ਚ ਹੈ ਕਿ ਪਿਛਲੇ ਕੁਝ ਸਮੇਂ ਦੀ ਬਜਾਏ ਇਸ ਸਾਲ ਜਿਹੜਾ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਔਰ ਪੁਲਿਸ ਪ੍ਰਸ਼ਾਸਨ ਹੈ ਉਹ ਜ਼ਿਆਦਾ ਜਿਹੜਾ ਮੁਸਤੈਦ ਹੈ ਔਰ ਉਹਨਾਂ ਨੇ ਲੱਗਦਾ ਕਿ ਇਸ ਸਾਲ ਜਿਵੇਂ ਉਹਨਾਂ ਦਾ ਰਵੱਈਆ ਕਿ ਇਹ ਡੋਰ ਜਿਹੜੀ ਉਹ ਨਹੀਂ ਵਿਕੇਗੀ ਨਾ ਹੀ ਇਹਦੇ 'ਤੇ ਕੋਈ ਪਤੰਗਬਾਜ਼ੀ ਕਰੇਗਾ ਕਿਉਂਕਿ ਸਖ਼ਤ ਧਰਾਵਾਂ ਜਿਹੜੀਆਂ ਪੁਲਿਸ ਵੱਲੋਂ ਲਗਾਈਆਂ ਜਾ ਰਹੀਆਂ ਨੇ। ਲੇਕਿਨ ਮੈਂ ਫਿਰ ਵੀ ਆਮ ਸਮਾਜ ਨੂੰ ਅਪੀਲ ਕਰਦਾ ਉਹ ਆਪ ਹੀ ਵੀ ਸਮਝਣ, ਆਪਣੇ ਬੱਚਿਆਂ ਨੂੰ ਸਮਝਾਉਣ ਕਿ ਇਸ ਡੋਰ ਨੂੰ ਨਾ ਖਰੀਦਣ ਲਈ ਖੁਦ ਪ੍ਰੇਰਿਤ ਹੋਣ ਦੇ ਨਾਲ ਨਾਲ ਲਾਗੇ ਤਾਗੇ ਦੇ ਲੋਕਾਂ ਨੂੰ ਬੱਚਿਆਂ ਨੂੰ ਵੀ ਪ੍ਰੇਰਿਤ ਕਰਨ। ਆਪਾਂ ਮਿਲ ਜੁਲ ਕੇ ਇਸ ਦੇਸ਼ ਦੀ ਪੁਰਾਤਨ ਸੰਸਕ੍ਰਿਤੀ ਸੱਭਿਆਚਾਰ ਪੁਰਾਤਨ ਤਰੀਕਿਆਂ ਦੇ ਨਾਲ ਆਪਣੇ ਜਿਹੜੇ ਤਿਉਹਾਰ ਮਨਾਈਏ ਤਾਂ ਸਾਡੀ ਸੰਸਕ੍ਰਿਤੀ ਬਚੀ ਰਹੇਗੀ, ਸਾਡਾ ਸਮਾਜ ਬਚਾ ਰਹੇਗਾ, ਸਾਡੇ ਦੇਸ਼ ਦੇ ਪੁਰਾਣੇ ਰੀਤੀ ਰਿਵਾਜ ਉਹਨਾਂ ਦੀ ਰਾਖੀ ਹੁੰਦੀ ਰਹੇਗੀ। ਧੰਨਵਾਦ। ਯੈਸ, ਚੰਗੀ ਗੱਲ ਹੈ। ਕੀ ਪ੍ਰਣ ਕਰਦੇ ਹੋ ਤੁਸੀਂ? ਮੈਂ ਕਿ ਜੇ ਚਾਈਨਾ ਡੋਰ ਹੈ ਉਹ ਸਾਡੇ ਮਤਲਬ ਧਰਤੀ ਲਈ ਸੇਫ ਨਹੀਂ ਹੈ, ਇਸ ਨੂੰ ਬੰਦ ਕੀਤਾ ਜਾਵੇ। ਸੋ ਐਦਾਂ ਦੇ ਮੈਂ ਇੱਕ ਗੱਲ ਬੇਨਤੀ ਕਰਦਾ ਕਿ ਜਿਹੜੀ ਚਾਈਨਾ ਡੋਰ ਹੈ ਉਸ ਨੂੰ ਨਾ ਵਰਤੋ, ਇਹ ਸਾਰਿਆਂ ਲਈ ਬਹੁਤ ਖਤਰਨਾਕ ਹੈ ਜਾਨਵਰਾਂ ਦਾ ਕੁਛ ਵਾਸਤੇ। ਇਸ ਨੂੰ ਸਭ ਤੋਂ ਸਖਤੀ ਤੇ ਕਾਰਵਾਈ ਹੋਈ ਜਾਏ, ਦੇਸ਼ ਵਿੱਚ ਬੰਦ ਹੋ ਜਾਏ ਜੀ। ਅੱਜ ਬਟਾਲਾ ਸ਼ਹਿਰ ਦੇ ਵਿੱਚ ਨੀਵ ਪੰਜਾਬ ਵੈਲਫੇਅਰ ਸੁਸਾਇਟੀ ਤੇ ਨਾਲ ਪੰਜਾਬ ਹਰਿਆਵਲ ਜਿਹੜੀ ਐਨ ਜੀ ਓਜ਼ ਹੈ ਦੋਨਾਂ ਦੇ ਨਾਲ ਹੀ ਸ਼ਹਿਰ ਦੇ ਸਿਵਲ ਸੁਸਾਇਟੀ ਦੇ ਸਾਰੇ ਹੀ ਜਿਹੜੇ ਆਗੂ ਜਿਹੜੇ ਇਕੱਠੇ ਹੋ ਕੇ ਤੇ ਅੱਜ ਬੱਚਿਆਂ ਨੂੰ ਇੱਥੇ ਲੀਕ ਵਾਲਾ ਤਲਾਬ ਦੇ ਵਿੱਚ ਇਕੱਠਾ ਕੀਤਾ ਸਕੂਲੀ ਬੱਚਿਆਂ ਨੂੰ ਤੇ ਇਹਦੇ ਵਿੱਚ ਬੜਾ ਅੱਛਾ ਸੰਦੇਸ਼ ਦਿੱਤਾ ਜਾ ਰਿਹਾ ਹੈ। ਸੋ ਜਿਹੜਾ ਕਿ ਚਾਈਨਾ ਡੋਰ ਦਾ ਉਪਯੋਗ ਕਰ ਜਿਹੜਾ ਨਾ ਕੀਤਾ ਜਾਵੇ ਉਹਦੇ ਲਈ ਅੱਜ ਇੱਕ ਸਾਂਝੇ ਮੰਚ ਦੇ ਉੱਤੇ ਇਕੱਠੇ ਹੋ ਕੇ ਇਹ ਸਾਰੇ ਬੱਚਿਆਂ ਨੂੰ ਜਿਹੜਾ ਸੰਦੇਸ਼ ਦਿੱਤਾ ਹੈ ਤੇ ਇਹਦੇ ਨਾਲ ਨਾਲ ਬੱਚਿਆਂ ਦੇ ਵੱਲੋਂ ਸ਼ਹਿਰ ਦੇ ਵਿੱਚ ਜਿਹੜਾ ਮਾਰਚ ਪਾਸ ਵੀ ਕੀਤਾ ਜਾਣਾ ਹੈ ਤੇ ਉਹਦੇ ਵਿੱਚ ਲੋਕਾਂ ਨੂੰ ਅਵੇਅਰ ਵੀ ਕਰਨਾ ਕਿ ਇਸ ਚੀਜ਼ ਦਾ ਉਪਯੋਗ ਬਿਲਕੁਲ ਨਾ ਕੀਤਾ ਜਾਵੇ ਕਿਉਂਕਿ ਇਹਦਾ ਜਿਹੜਾ ਯੋਗ ਹੈ ਉਪਯੋਗ ਕਰਨ ਦੇ ਨਾਲ ਜਿੱਥੇ ਜਿਹੜਾ ਵਾਹਨ ਚਾਲਕ ਨੇ ਕੋਈ ਕਿਸੇ ਦੇ ਇੰਜਰੀ ਆ ਜਾਂਦੀ ਹੈ ਚਾਈਨਾ ਡੋਰ ਦੇ ਨਾਲ ਤਾਂ ਉਹ ਕਾਫੀ ਜ਼ਿਆਦਾ ਨੁਕਸਾਨ ਹੁੰਦਾ, ਉੱਥੇ ਜਿੱਥੇ ਪਸ਼ੂ ਪੰਛੀ ਨੇ ਉਹਨਾਂ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ। ਅਤੇ ਇਹਦੇ ਨਾਲ ਹੀ ਮੈਂ ਦੱਸਣਾ ਚਾਹੁੰਦਾ ਕਿ ਮਾਨਯੋਗ ਡੀਸੀ ਸਾਹਿਬ ਅਤੇ SSP ਸਾਹਿਬ ਜੀ ਦੇ ਵੱਲੋਂ ਵੀ ਸਖ਼ਤ ਨਿਰਦੇਸ਼ ਜਿਹੜੇ ਆ ਉਹ ਜਾਰੀ ਕੀਤੇ ਗਏ ਨੇ, ਚਾਈਨਾ ਡੋਰ ਜਿਹੜੇ ਵੇਚਣ ਵਾਲੇ ਨੇ ਉਹਨਾਂ 'ਤੇ ਸਖ਼ਤੀ ਨਾਲ ਐਕਸ਼ਨ ਹੋਵੇਗਾ। ਨਾਲ ਹੀ ਜੇਕਰ ਕੋਈ ਚਾਈਨਾ ਡੋਰ ਜਿਹੜਾ ਉਪਯੋਗ ਵੀ ਕਰਦਾ, ਜੇ ਕੋਈ ਕਾਈਟ ਫਲਾਈਂਗ ਕਰਦਾ ਤਾਂ ਉਹ ਵੀ ਜਿਹੜੀਆਂ ਸਿਵਲ 'ਚ ਟੀਮਾਂ ਭੇਜ ਬਣਾਈਆਂ ਗਈਆਂ ਨੇ ਜਿਹੜੀਆਂ ਇਹਨਾਂ ਨੂੰ ਕਾਈਟ ਉਡਾਉਂਦੇ ਹੋਏ ਵੀ ਜਿਹੜਾ ਉਹਨਾਂ ਨੂੰ ਫੜਾਂਗੇ। ਅਤੇ ਜੇਕਰ ਉਹ ਬੱਚਾ ਹੈਗਾ ਜੇ 18 ਸਾਲ ਤੋਂ ਛੋਟਾ ਹੈ ਤਾਂ ਜੇਕਰ ਉਹਦੇ ਮਾਤਾ ਪਿਤਾ ਨੇ ਉਹਨੂੰ ਡੋਰ ਲੈ ਕੇ ਦਿੱਤੀ ਹੈ ਤਾਂ ਫਿਰ ਉਹਦੇ ਉੱਤੇ ਵੀ ਕੇਸ ਰਜਿਸਟਰ ਹੋਏਗਾ। ਸੋ ਸਾਡੀ ਇਹ ਅਪੀਲ ਹੈਗੀ ਹੈ ਸਾਰਿਆਂ ਨੂੰ ਕਿ ਇੱਕ ਨੋਬਲ ਕੌਜ਼ ਵਾਸਤੇ ਇਹਦਾ ਇੱਕ ਮਾੜੇ ਰਿਜ਼ਲਟ ਆ, ਨੁਕਸਾਨ ਹੁੰਦੇ ਆ, ਸੋ ਸਾਰੇ ਜਾਣੇ ਆ ਇਹ ਸੁਸਾਇਟੀ ਨੇ ਜਿਹੜਾ ਇੱਕ ਅੱਛਾ ਹੁੰਗਾਰਾ ਸਾਰੇ ਸਾਡਾ ਸਾਥ ਦਿੱਤਾ ਅਤੇ ਅਸੀਂ ਸਾਰੇ ਇਕੱਠੇ ਹੋ ਕੇ ਅਸੀਂ ਬਿਲਕੁਲ ਇਸ ਦਾ ਚਾਈਨਾ ਦਾ ਡੋਰ ਦਾ ਉਪਯੋਗ ਕਰਨ ਤੋਂ ਮਨਾ ਕਰਦੇ ਹਾਂ ਅਤੇ ਪ੍ਰਸ਼ਾਸਨ ਦੇ ਵੱਲੋਂ ਇਹਦੇ 'ਤੇ ਪੂਰੀ ਜਿਹੜੀ ਆ ਸਖ਼ਤੀ ਕੀਤੀ ਜਾਵੇਗੀ। ਜੀ ਸਾਡੀ ਜਿੰਨੇ ਵੀ ਅਸੀਂ ਮੈਂ ਤੁਹਾਨੂੰ ਕਿਹਾ ਵੀ ਕਿਸੇ ਨੂੰ ਵੀ ਇਸ ਚੀਜ਼ ਦਾ ਵਿੱਚ ਨਾ ਵੇਚਣ ਦਿੱਤੀ ਜਾਵੇਗੀ ਨਾ ਯੂਜ਼ ਕਰਨ ਦਿੱਤੀ ਜਾਵੇਗੀ।
ਅਕਸਰ ਕਈ ਜਗ੍ਹਾ ਦੇ ਉੱਤੇ ਡੋਰ ਵਿਕ ਰਹੀ ਹੈ ਰਾਤ ਨੂੰ ਅੱਜ ਵੀ ਜੀ ਵਿਕ ਰਹੀ ਹੈ ਤੇ ਸਾਡੀ ਕੀ ਇਹਨਾਂ ਦਾ ਅਸੀਂ ਸਖਤ ਨਿਰਦੇਸ਼ ਜਿਹੜੇ ਆ ਉਹ ਦੇ ਦਿੱਤੇ ਨੇ ਜਲਦੀ ਸਾਰੇ ਫੜ ਲਵਾਂਗੇ।